ਫਿਰੋਜ਼ਪੁਰ ਦੇ ਵਿੱਚ ਪੁਲਿਸ ਦੇ ਵੱਲੋਂ ਨਸ਼ੇ ਦੇ ਸੌਦਾਗਰਾਂ ਅਤੇ ਹੱਤਿਆ ਦੇ ਕੇਸ ਦੇ ਵਿੱਚ ਨਾਮਜ਼ਦ ਦੋਸ਼ੀਆਂ ਦੇ ਕਾਰਵਾਈ ਨਾ ਕਰਨ ਨੂੰ ਲੈ ਕੇ ਅੱਜ ਫਿਰੋਜ਼ਪੁਰ ਫਾਜ਼ਿਲਕਾ ਨੈਸ਼ਨਲ ਹਾਈਵੇ ਦੇ ਉੱਤੇ ਸਮੂਹ ਪੱਤਰਕਾਰ ਭਾਈਚਾਰੇ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਾਮ ਲਗਾ ਕੇ SSP ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ ਅਤੇ ਪੁਤਲਾ ਫੂਕਿਆ ਗਿਆ। ਧਰਨਾ ਲਗਾਉਂਦਿਆਂ ਫਿਰੋਜ਼ਪੁਰ ਜ਼ਿਲ੍ਹੇ ਦੇ ਸੰਪਾਦਕਾਂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਦੇ ਵਿੱਚ ਪਿਛਲੇ ਲੰਮੇ ਸਮਿਆਂ ਤੋਂ ਨੌਜਵਾਨ ਨਸ਼ਿਆਂ ਦੀ ਭੈੜੀ ਆਦਤ ਦੇ ਵਿੱਚ ਲੱਗ ਚੁੱਕੇ ਨੇ, ਪਰ ਪੁਲਿਸ ਵੱਡੇ ਮਗਰਮੱਛਾਂ ਨੂੰ ਨਹੀਂ ਫੜ ਰਹੀ ਹੈ ਅਤੇ ਨਸ਼ੇ ਕਰਨ ਵਾਲਿਆਂ ਨੂੰ ਫੜ ਲੈਂਦੀ ਹੈ। ਜੇਕਰ ਕੋਈ ਨਸ਼ੇ ਦੇ ਸੌਦਾਗਰ ਨੂੰ ਪੁਲਿਸ ਨੂੰ ਫੜਵਾਉਂਦਾ ਵੀ ਹੈ ਤਾਂ ਸ਼ਾਮ ਨੂੰ ਉਸ ਨੂੰ ਛੱਡ ਦਿੱਤਾ ਜਾਂਦਾ ਹੈ, ਜਿਸ ਦੇ ਨਾਲ ਕਿ ਨਸ਼ੇ ਦੇ ਸੌਦਾਗਰਾਂ ਦੇ ਜਿੱਥੇ ਹੌਸਲੇ ਤਾਂ ਵਧਦੇ ਨੇ ਉੱਥੇ ਇਸ ਭੈੜੀ ਅਲਾਮਤ ਦੇ ਕਾਰਨ ਨੌਜਵਾਨਾਂ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣਾ ਪੈ ਰਿਹਾ ਹੈ। ਨਾਲ ਮਿਲ ਕੇ SSP ਦਫ਼ਤਰ ਦੇ ਸਾਹਮਣੇ ਦੂਸਰਾ ਦਿਨ ਹੋ ਚੁੱਕਿਆ ਧਰਨੇ ਨੂੰ, ਔਰ ਜਿਹਦੀ ਮੁੱਖ ਘਟਨਾ ਦੇ ਵਿੱਚ ਇਹ ਹੈ ਕਿ ਅੱਜ ਤੋਂ 2.5 ਮਹੀਨੇ ਪਹਿਲਾਂ ਲਗਭਗ ਗਿਰਧਾਰੀ ਲਾਲ ਜੀ ਦਾ ਕਤਲ ਕੀਤਾ ਗਿਆ, ਔਰ ਜਿਹਦੇ ਵਿੱਚ 302 ਦਾ ਪਰਚਾ ਵੀ ਹੈ 5 ਬੰਦਿਆਂ ਦੇ ਦਰਜ, ਤਾਂ ਪਰਚਾ ਦਰਜ ਹੋਣ ਦੇ ਬਾਵਜੂਦ ਹਾਲੇ ਤੱਕ ਇੱਕ ਵੀ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਲਟਾ ਪੁਲਿਸ ਦੀ ਜਿਹੜੀ ਮਤਲਬ ਨਾਕਾਮੀ ਇਹ ਹੈ ਕਿ ਉਹਨਾਂ ਨੇ 302 ਦੀ ਬਜਾਏ ਧਾਰਾ ਵੀ ਬਦਲ ਕੇ ਜਿਹੜੀ 306 ਕਰ ਦਿੱਤੀ ਗਈ ਆ, ਔਰ ਪੱਤਰਕਾਰ ਜਿਹਨੂੰ ਅਸੀਂ ਲੋਕਤੰਤਰ ਦਾ ਵੀ ਪੰਜਵਾਂ ਚੌਥਾ ਥੰਮ ਕਹਿੰਦੇ ਹਾਂ, ਔਰ ਜਿਹਨੇ ਇਨਸਾਫ਼ ਦੀ ਗੱਲ ਕਰਨੀ ਹੈਗੀ ਅੱਜ ਉਸਨੂੰ ਇਨਸਾਫ਼ ਲੈਣ ਦੇ ਲਈ ਸੜਕ 'ਤੇ ਬੈਠਣਾ ਪੈ ਰਿਹਾ, ਔਰ ਦੂਸਰਾ ਦਿਨ ਹੋਣ ਦੇ ਬਾਵਜੂਦ ਹਾਲੇ ਤੱਕ ਕੋਈ ਵੀ ਨਾ SSP DC ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਹਾਲੇ ਤੱਕ ਪੁੱਛ ਪੜਤਾਲ ਨਹੀਂ ਆਇਆ ਹੈਗਾ ਕਿ ਅਸੀਂ ਇੱਥੋਂ ਕੀ ਹੋਈ ਹੈ ਕੀ ਨਹੀਂ, ਕੋਈ ਉਹਨਾਂ ਨੇ ਭਰੋਸਾ ਨਹੀਂ ਦਵਾਇਆ, ਪਰ ਅਸੀਂ ਹਾਲੇ ਵੀ ਜਿਹੜਾ ਸੰਘਰਸ਼ ਇੱਥੇ ਖਤਮ ਨਹੀਂ ਕੀਤਾ, ਔਰ ਇਸ ਸੰਘਰਸ਼ ਨੂੰ ਉਦੋਂ ਤੱਕ ਚਲਾਉਣਾ ਜਦੋਂ ਤੱਕ ਸਾਨੂੰ ਜਿਹੜਾ ਗਿਰਧਾਰੀ ਲਾਲ ਦੇ ਕਾਤਲਾਂ ਨੂੰ ਇਹ ਗ੍ਰਿਫਤਾਰ ਨਹੀਂ ਕਰਦੇ, ਔਰ ਪੰਜਾਬ ਸਟੂਡੈਂਟ ਯੂਨੀਅਨ ਵੀ ਉਦੋਂ ਤੱਕ ਪੱਤਰਕਾਰ ਸਾਥੀਆਂ ਦਾ ਪੂਰਾ ਸਾਥ ਦੇਵੇਗੀ, ਔਰ ਇਸ ਸੰਘਰਸ਼ ਨੂੰ ਅਸੀਂ ਜਾਰੀ ਰੱਖਾਂਗੇ। ਜਿਸ ਤਰ੍ਹਾਂ ਪਹਿਲਾਂ ਕਿਹਾ ਗਿਆ ਕਿ ਕੋਈ ਇੱਕ ਕਾਰਨ ਨਹੀਂ, ਅਨੇਕਾਂ ਕਾਰਨ ਨੇ, ਕਿਹੜਾ ਦਿਨ ਹੈ ਜਦੋਂ SSP ਦਫ਼ਤਰ ਦੇ ਅੱਗੇ ਜਾਂ DC ਦਫ਼ਤਰ ਦੇ ਅੱਗੇ ਧਰਨਾ ਨਹੀਂ ਲੱਗਿਆ? ਇੱਕ ਜਥੇਬੰਦੀ ਵੱਲੋਂ, ਇੱਕ ਪਰਿਵਾਰ ਵੱਲੋਂ ਨਹੀਂ, ਸੈਂਕੜੇ ਤਿੰਨ ਤਿੰਨ ਚਾਰ ਚਾਰ ਦਰਜਨਾਂ ਪਰਿਵਾਰ ਧਰਨਾ ਇੱਕ ਇੱਕ ਦਿਨ ਚਲਾਉਂਦੇ ਨੇ, ਪਰ ਇਹ ਲੋਕ ਬਿਲਕੁਲ ਬੇਸ਼ਰਮ ਹੋ ਚੁੱਕੇ ਨੇ। ਅੱਜ 2017 ਦੇ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਲੋਕ ਕਹਿੰਦੇ ਸੀ ਪੰਜਾਬ ਦਾ 67% ਨੌਜਵਾਨ ਨਸ਼ੇੜੀ ਹੋ ਗਿਆ, ਜਦੋਂ ਉਹਨਾਂ ਦੀ ਆਪਣੀ ਸਰਕਾਰ ਆਈ ਅਤੇ ਉਸ ਨੌਜਵਾਨ ਨੂੰ ਨਸ਼ੇ ਤੋਂ ਬਚਾਉਣ ਦੀ ਬਜਾਏ ਇਹਨਾਂ ਦੇ ਅੰਕੜੇ ਕਹਿੰਦੇ ਨੇ, ਇਹਨਾਂ ਦੇ ਅੰਕੜੇ ਕਹਿੰਦੇ ਜੀ ਜਨਵਰੀ ਤੋਂ ਲੈ ਕੇ ਜੂਨ ਤੱਕ 607 ਲੋਕਾਂ ਨੇ ਨਸ਼ਾ ਛੱਡਤਾ। ਬੜੀ ਬਹਾਦਰੀ ਦਾ ਤੀਰ ਮਾਰਿਆ ਜੀ, ਬੜੇ ਐਡੀ ਵੱਡੀ ਸਟੇਟਮੈਂਟ ਲਵਾ ਰਹੇ ਨੇ ਅਖਬਾਰਾਂ 'ਚ, 607 ਬੰਦੇ, ਕਿੱਥੇ 67% ਜਵਾਨੀ ਨੂੰ ਨਸ਼ੇੜੀ ਦੱਸਦੇ ਸੀ, ਕਿੱਥੇ 607 ਅੰਕੜੇ ਦੇ ਵਿੱਚ ਰਹਿ ਗਿਆ। ਇਹ ਤਾਂ ਨਿੱਕੀ ਜਿਹੀ ਗੱਲ ਹੈ, ਅੱਜ ਦੜੇ ਸੱਟੇ ਵਾਲੇ ਇੱਥੇ ਹਾਵੀ ਹੋ ਰਹੇ ਨੇ, ਅੱਜ ਜੁਆਰੀ ਹਾਵੀ ਹੋ ਰਹੇ ਨੇ, ਗੈਂਗਸਟਰ ਤਾਂ ਹਾਵੀ ਹੋ ਹੀ ਰਹੇ ਨੇ, ਉਹ ਤਾਂ ਜਦੋਂ ਦੀ ਸਰਕਾਰ ਆਈਏ ਜੇਲ੍ਹਾਂ ਤੋਂ ਫੋਨ ਆਉਂਦੇ ਨੇ, ਸਾਰਾ ਕੁਝ ਹੁੰਦਾ, ਸਭ ਕੁਝ ਹੁੰਦਾ। ਇਹ ਪੁਲਿਸ ਨਕੰਮੀ ਹੋ ਚੁੱਕੀ ਪੂਰੀ ਤਰ੍ਹਾਂ, ਕੋਈ ਕੰਮ ਨਹੀਂ ਕਰ ਰਿਹਾ। ਕੀ ਪੁਲਿਸ ਦੇ ਉੱਤੇ ਰਾਜਨੀਤਿਕ ਪ੍ਰੈਸ਼ਰ ਹੈ? ਕਿਉਂ ਪੁਲਿਸ ਜਿਹੜਾ ਆਪਦਾ ਰੁਤਬਾ ਨਹੀਂ ਦਿਖਾ ਰਹੀ, ਆਪਦੀ ਵਰਦੀ ਦਾ ਜਲਵੇ ਨਹੀਂ ਦਿਖਾ ਰਹੀ? ਇਹਦੇ 'ਚ ਦੋ ਕਾਰਨ ਨੇ ਜੀ। ਕੁਝ ਤਾਂ ਅਧਿਕਾਰੀ ਜਿਹੜੇ ਆਉਂਦੇ ਨੇ ਜੀ, ਕਹਿੰਦੇ ਕੋਈ ਕਹਿੰਦਾ ਜੀ ਮੈਂ 5 ਲੱਖ ਦੇ ਕੇ ਆ 3 ਮਹੀਨੇ ਵਾਸਤੇ, ਮੈਨੂੰ ਤਾਂ ਕੋਈ ਵੀ ਨਹੀਂ ਲਾ ਸਕਦਾ। ਦੂਜਾ ਕਾਰਨ ਹੈ ਕਿ ਮੈਨੂੰ ਫਲਾਣਾ MLA ਲੈ ਕੇ ਆਇਆ ਤਾਂ ਮੇਰੀ ਤਾਂ ਕੋਈ ਵਾਹ ਵੱਲ ਨਹੀਂ ਵੇਖ ਸਕਦਾ, ਮੈਂ ਪਬਲਿਕ ਵਾਸਤੇ ਨਹੀਂ ਆਇਆ, ਮੈਂ MLA ਵਾਸਤੇ ਆਇਆ। ਮੈਨੂੰ ਜੋ MLA ਨੇ ਕਹਿਣਾ, ਅੱਜ ਕਿਸੇ ਦਾ ਬਟਵਾ ਚੋਰੀ ਹੋ ਜਾਂਦਾ ਜਾਂ ਪਰਸ ਡਿੱਗ ਪੈਂਦਾ ਨਾ, ਉਹ ਥਾਣੇ ਜੇ ਕੰਪਲੇਂਟ ਕਰਨ ਜਾਂਦਾ ਤਾਂ ਉਹਨੂੰ ਕਹਿੰਦਾ ਜੀ ਨੇਤਾ ਜੀ ਤੋਂ ਫੋਨ ਕਰਾਓ, ਫਿਰ ਤੁਹਾਡੀ FIR ਦਰਜ ਹੋਏਗੀ। ਇਹ ਹਾਲਾਤ ਬਣੇ ਪੈਣੇ, ਜਿਹੜਾ SSP ਹੈ, DSP ਹੈ, IG ਹੈ, ਇਹ ਸਭ ਗੂੜੀ ਨੀਂਦ AC ਚਲਾ ਕੇ ਸੁੱਤੇ ਪਏ। ਇਹ ਸੰਧੂ ਸਾਹਿਬ ਜਿਹੜਾ ਪੁਤਲਾ ਫੂਕਿਆ ਗਿਆ, ਇਹਦਾ ਕੋਈ ਇੱਕ ਕਾਰਨ ਨਹੀਂ, ਇਹਦੇ ਬਹੁਤ ਕਾਰਨ ਆ। ਲੋਕਤੰਤਰ ਸਾਡਾ ਖਤਰੇ 'ਚ, ਸਾਡੀ ਜਵਾਨੀ ਜਿਹੜੀ ਉਹ ਭੰਗ ਦੇ ਭਾਣੇ ਜਾ ਰਹੀ ਹੈ, ਨਸ਼ਿਆਂ ਦੀ ਬਹੁਤ ਆਤ ਆ, ਨਸ਼ਾ ਤਸਕਰਾਂ ਨੂੰ ਕੋਈ ਰੋਕਣ ਦਾ ਜ਼ਰੂਰਤ ਨਹੀਂ ਕਰ ਰਿਹਾ। ਜਿਹੜੇ ਵੀ ਇੱਥੇ ਅਪਰਾਧ ਨੁਮਾ ਲੋਕ ਆ, ਉਹ ਸ਼ਰੇਆਮ SSP ਦਫ਼ਤਰ ਅੰਦਰ ਆ ਕੇ ਘੁੰਮਦੇ ਹੀ ਨਹੀਂ, ਸਗੋਂ ਅਫਸਰਾਂ ਦੀਆਂ ਕੁਰਸੀਆਂ 'ਤੇ ਵੀ ਬੈਠਦੇ ਆ, ਜੋ ਬਹੁਤ ਮੰਦਭਾਗ ਹੈ। ਜਿੱਥੇ ਬੇਇਨਸਾਫੀਆਂ ਲਈ ਕੋਈ ਵੀ ਕਾਨੂੰਨ ਨਹੀਂ ਨਾ ਜਾਪਦਾ, ਉੱਥੇ ਜਿਹੜੇ ਵੀ ਕਾਨੂੰਨ ਨੂੰ ਆਪਣੀ ਜਗਤ 'ਚ ਲੈਂਦੇ ਆ, ਉਹਨਾਂ ਦੀ ਕਾਨੂੰਨ ਸਗੋਂ ਹਿਫਾਜ਼ਤ ਕਰਦਾ, ਉਹਨਾਂ ਨੂੰ ਸਲਾਖਾਂ ਪਿੱਛੇ ਡੱਕਣ ਦੀ ਬਜਾਏ। ਬੀਤੇ ਦਿਨ ਜਿਵੇਂ SSP ਦਫ਼ਤਰ ਦੇ ਸਾਹਮਣੇ ਪੰਜਾਬ ਪੁਲਿਸ ਦਾ ਨੌਜਵਾਨ ਕੁੱਟਿਆ ਗਿਆ, ਉਹ ਕੋਈ ਕਾਰਵਾਈ ਨਹੀਂ, ਸ਼ਰੇਆਮ
ਕੈਮਰਿਆਂ 'ਚ ਦੋਸ਼ੀ ਕੈਦ ਹੋਏ, ਐਸ ਪੀ ਐਚ ਡੀ ਐਸ ਪੀ ਸ਼ਰੇਆਮ ਦੇਖਦੇ ਰਹੇ ਪਰ ਕਿਸੇ ਨਹੀਂ ਰੋਕਿਆ। ਇਸੇ ਤਰ੍ਹਾਂ ਲਗਾਤਾਰ ਸਾਡੇ ਨੌਜਵਾਨ ਜਿਹੜੇ ਉਹ ਨਸ਼ਿਆਂ ਨਾਲ ਮਰ ਰਹੇ ਆ। ਬੀਤੇ ਇੱਕ ਦਿਨ ਆਰਬਕੇ ਵਿਖੇ ਜਿੱਥੇ ਇੱਕ ਨੌਜਵਾਨ ਨਸ਼ਿਆਂ ਦੀ ਲਪੇਟ ਚੜ ਗਿਆ, ਉੱਥੇ ਅੱਜ ਪਿੰਡ ਸਤੀ ਵਾਲੇ ਦਾ ਇੱਕ ਮੱਖਣ ਨਾਮੀ ਨੌਜਵਾਨ ਵੀ ਮਰ ਗਿਆ ਹੈ ਅਤੇ ਘਰ ਦੇ ਚਿਰਾਗ ਦਿਨੋਂ ਦਿਨ ਬੁਝ ਰਹੇ ਆ। ਇੱਥੇ ਨਹੀਂ, ਦੋ ਨੌਜਵਾਨ ਹੋਰ ਜਿਹੜੇ ਉਹ ਵੱਖ ਵੱਖ ਹਸਪਤਾਲਾਂ 'ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ। ਇਹ ਇੱਕ ਪਿੰਡ ਦੀ ਕਹਾਣੀ ਨਹੀਂ, ਹਰ ਪਿੰਡ ਦੀ ਕਹਾਣੀ ਆ ਜਿੱਥੇ ਨੌਜਵਾਨ ਸਾਡੇ ਕਈ ਮਾਮਲੇ ਸਾਡੇ ਸਾਹਮਣੇ ਨਹੀਂ ਆਉਂਦੇ। ਜਿਹੜੀ ਪੁਲਿਸ ਉਹ ਨਿਕੰਮੀ ਹੋ ਚੁੱਕੀ ਆ, ਅਪਰਾਧੀਆਂ ਖਿਲਾਫ਼ ਕਾਰਵਾਈ ਨਹੀਂ ਕਰਦੀ ਅਤੇ ਜਿਨ੍ਹਾਂ ਨਾਲ ਬੇਇਨਸਾਫੀ ਉਹਨਾਂ ਨੂੰ ਇਨਸਾਫ਼ ਨਹੀਂ ਦਵਾ ਰਹੀ, ਇਹਦਾ ਹੀ ਅੱਜ ਸਿੱਟਾ ਕਿ ਸਾਨੂੰ ਸਰਕਾਰ ਦਾ ਪੁਤਲਾ ਫੂਕਣਾ ਪਿਆ। ਕਿਉਂਕਿ ਬੀਤੇ ਦਿਨੀ ਇੱਥੇ ਇੱਕ ਗਿਰਧਾਰੀ ਲਾਲ ਜਿਹੜਾ ਬਿਜਲੀ ਮੁਲਾਜ਼ਮ ਯੂਨੀਅਨ ਦਾ ਪ੍ਰਧਾਨ ਸੀ, ਉਹਦਾ ਕਤਲ ਹੋਇਆ, ਪਰ ਪੁਲਿਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪਰਚੇ ਨਾਮਜ਼ਦ ਕਰਤੇ ਇਹਨਾਂ ਨੇ, ਜਾਂਚ ਪੜਤਾਲ ਬਾਅਦ ਵੀ ਪੰਜ ਬੰਦਿਆਂ ਦੇ ਇਹਨਾਂ ਨੇ ਪਰਚਾ ਦਰਜ ਰੱਖਿਆ, ਲੇਕਿਨ ਫੜਨ ਲਈ ਕੋਈ ਜ਼ਰੂਰਤ ਨਹੀਂ ਕੀਤੀ। ਤੁਸੀਂ ਮੰਨਦੇ ਹੋ ਕਿ ਫਿਰੋਜ਼ਪੁਰ ਦੀ ਪੁਲਿਸ ਆ ਉਹ ਨਿਕੰਮੀ ਸਾਬਤ ਹੋ ਰਹੀ ਹੈ? ਹਾਂ ਹਾਂ ਬਿਲਕੁਲ ਜੀ, ਜਿਵੇਂ ਬਿਹਾਰ ਵਾਲੀ ਸਥਿਤੀ ਉਹ ਫਿਰੋਜ਼ਪੁਰ 'ਚ ਬਣੀ ਪਈ ਆ, ਪਹਿਲਾਂ ਪੰਜਾਬ 'ਚ ਕਹਿੰਦੇ ਸੀ, ਉਹ ਤਾਂ ਦੂਰ ਦੀ ਗੱਲ ਆ, ਇੱਥੇ ਫਿਰੋਜ਼ਪੁਰ 'ਚ ਬਣੀ ਹੋਈ ਆ ਜਿੱਥੇ ਸ਼ਰੇਆਮ ਜਿਹੜੇ ਮਾੜਾ ਧੰਦਾ ਕਰਦੇ ਆ, ਲੋਕਾਂ ਨੂੰ ਸੱਟਾ ਲਵਾਉਂਦੇ ਆ, ਲੋਕਾਂ ਨੂੰ ਜੂਆ ਖਿਡਾਉਂਦੇ ਆ, ਉਹ ਹੁਣ ਕਤਲ ਵੀ ਕਰਨ ਲੱਗ ਪਏ। ਉਹੀ ਜਿਹੜੇ ਉਸ ਪਰਚੇ 'ਚ ਨਾਮਜ਼ਦ ਆ, ਜਿਹੜੇ ਰੋਜ਼ਾਨਾ ਨਹੀਂ ਹਫ਼ਤਾ ਨਹੀਂ ਮਹੀਨਾ ਨਹੀਂ ਘੰਟਿਆਂ ਬੱਧੀ ਜਿਹੜੇ ਪੁਲਿਸ ਨੂੰ ਪੈਸੇ ਦਿੰਦੇ ਆ, ਉਹ ਜੂਆ ਖਿਡਾਉਂਦੇ ਅਤੇ ਸੱਟਾ ਲਾਉਣ ਦੇ, ਉਹਨਾਂ ਨੇ ਕਤਲ ਕੀਤਾ, ਉਹਨਾਂ ਨੂੰ ਫੜਨ ਵਾਸਤੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਅਤੇ ਨਾ ਹੀ ਨਸ਼ਿਆਂ ਨੂੰ ਰੋਕਣ ਲਈ ਕੋਈ ਕਦਮ ਚੁੱਕ ਰਹੀ ਹੈ, ਜਿਹਦੇ ਕਰਕੇ ਅੱਜ ਲੋਕਤੰਤਰ ਦਾ ਚੌਥਾ ਥੰਮ ਜਿਹਨੇ ਹਮੇਸ਼ਾ ਆਵਾਜ਼ ਕਲਮ ਰਾਹੀਂ ਅਤੇ ਕੈਮਰਿਆਂ ਨੇ ਉਠਾਈ, ਅੱਜ ਉਹਨੂੰ ਧਰਨੇ ਲਾਉਣ ਲਈ ਮਜਬੂਰ ਹੋਣਾ ਪਿਆ ਤਾਂ ਜੋ ਘੁਰਨਿਆਂ 'ਚ ਸੁੱਤੇ ਪਏ ਉਹਨਾਂ ਪੁਲਿਸ ਅਫਸਰਾਂ ਨੂੰ ਜਗਾਇਆ ਜਾ ਸਕੇ, ਜਿਹੜੇ ਆਪਣੀ ਕੁਰਸੀ ਬਚਾਉਣ ਲਈ ਅਤੇ ਚੰਦ ਛਿੱਲੜ ਇਕੱਠੇ ਕਰਨ ਲਈ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਇੱਕ ਘਿਓ ਘਾਉਣ ਵਾਂਗ ਖਾ ਰਹੇ ਆ। ਫਿਰੋਜ਼ਪੁਰ ਤੋਂ ਪੰਕਜ ਕੁਮਾਰ ਦੀ ਰਿਪੋਰਟ।